ਆਉਣਗੀਆਂ ਕਬੱਡੀ ਉੱਪਰ ਦੀਆਂ ਉਹਨਾਂ ਦੇ ਮਾਣ ਸਨਮਾਨ ਹੋਣਗੇ ਇੱਕ ਬੰਨੇ ਸਨੇਰ ਉਧਰਲੇ ਬੰਨੇ ਲਾਹਾ ਪਿੰਡ ਦੀ ਟੀਮ ਨੂੰ ਮੇਰੀ ਬੇਨਤੀ ਹੈ ਧੱਲੇ ਕੇ ਦਾ ਚਰਨਾ ਉਸ ਟੀਮ ਵਿੱਚ ਵਿਸ਼ੇਸ਼ ਤੌਰ ਤੇ ਆਇਆ ਮੇਰਾ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹੈ ਜਲਦੀ ਨਾਲ ਜਿਹੜੀ ਟੀਮ ਆ ਗਰਾਊਂਡ ਦੇ ਵਿੱਚ ਆ ਜਾਵੇ ਜਿੱਥੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸੇ ਧਰਤੀ ਤੇ ਮਾਤਾ ਮਹਿਹਾਂ ਜੰਮਿਆ ਜਿੱਥੇ ਉਗਦੀ ਆ ਸੋਹਣਾ ਨੀ ਜ਼ਮੀਨ ਜੱਟੀਏ ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਉਧਰਲੇ ਬੰਨੇ ਨੌਜਵਾਨ ਗੱਭਰੂ ਸਿੱਖ ਸਰਦਾਰ ਕਬੱਡੀ ਭਾ ਰਿਹਾ ਖੁੱਚ ਪੱਟੀ ਗਈ ਹੈ ਜੱਫਾ ਲੱਗਣ ਵਾਲਾ ਹੈ ਲਓ ਦੇਖੋ ਦਰਸ਼ਕ ਵੀਰੋ ਮੁਕਾਬਲਾ ਸਖ਼ਤ ਹੈ ਇੱਕ ਬੰਨੇ ਸਰਦਾਰ ਹੈ ਕਬੱਡੀ ਦੇ ਖੇਡ ਮੈਦਾਨ ਵਿੱਚ ਦੇਖਦੇ ਹਾਂ ਬਹੁਤ ਹੀ ਤਕੜਾ ਜੱਫਾ ਉਧਰਲੇ ਬੰਨੇ ਲੱਗ ਚੁੱਕਾ ਹੈ ਜੋ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਉਹ ਵੀ ਵੀਰ ਵਿਸ਼ੇ ਤੌਰ ਤੇ ਪੁੱਜੇ ਹੈ ਪੰਜਾਬ ਪੁਲਿਸ ਵਾਲੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਚੱਲ ਵੀ ਲਖਿਆ ਪਾ ਕਬੱਡੀ ਲਖੇ ਦੇ ਕਹਿੰਦੇ ਵੀ ਮਾਲੇ ਪਿੰਡ ਦਾ ਨਾਮ ਕਬੱਡੀ ਜਗਤ ਵਿੱਚ ਉਦੋਂ ਮਸ਼ਹੂਰ ਹੋਇਆ ਜਦੋਂ ਰਾਜੇ ਕਾਲੀ ਐਕਸਪੋਰਟ ਕਬੱਡੀ ਕਲੱਬ ਲਈ ਹਰਜੀਤ ਕਬੱਡੀ ਕਲੱਬ ਦੀ ਤਰਫੋਂ ਕਹਿੰਦੇ ਵੀ ਪਾਲ ਨੇ ਕਬੱਡੀ ਕੈਨੇਡਾ ਖੇਡੀ ਜਾਂ ਗੱਲਾਂ ਹੋਈਆਂ ਫਿਰ ਪੰਜਾਬ ਦੀ ਧਰਤੀ ਤੇ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਕਹਿੰਦੇ ਵੀ ਜਗਰਾਓ ਦੀ ਤਰਫੋਂ ਖੇਡਦਾ ਸਰਦਾਰ ਹਾਕਮ ਸਿੰਘ ਦਾ ਪੁੱਤ ਕਬੱਡੀ ਦੇ ਨਕਸ਼ੇ ਤੇ ਉਦੋਂ ਨਾਮ ਹੈ ਇਸ ਪਿੰਡ ਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਵਿੱਚ ਗੋਪੀ ਸੁਨੇਹਰ ਵਾਲਾ ਵੀ ਕਹਿੰਦੇ ਕੈਨੇਡਾ ਕਬੱਡੀ ਖੇਡ ਆਇਆ ਨੌਜਵਾਨ ਉਹ ਪਿੰਡ ਹੈ ਇਸ ਗੜਾਰੀ ਦਾ ਚੱਲ ਵੀ ਨੌਜਵਾਨਾਂ ਚਾਰ ਜਾਫੀ ਹੈ ਕਬੱਡੀ ਦੇ ਖੇਡ ਮੈਦਾਨ ਵਿੱਚ ਦੇਖਦੇ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਉਧਰਲੇ ਬੰਨੇ ਨੌਜਵਾਨ ਗੱਭਰੂ ਕਬੱਡੀ ਦੇ ਖੇਡ ਮੈਦਾਨ ਵਿੱਚ ਕੱਦ ਨਿੱਕਾ ਹੈ ਕਹਿੰਦੇ ਵੀ ਮੱਲਣ ਪਿੰਡ ਦੇ ਬਾਜੇ ਵਾਂਗੂ ਢੁੱਡਾ ਲੈ ਲੈ ਪੈਂਦਾ ਗੱਭਰੂ ਢੁੱਡਾ ਲੈ ਲੈ ਪੈਂਦਾ ਲੋਕੋ ਬਾਜਾ ਮੱਲਣ ਦਾ ਬੜਾ ਤਰੀਕਾ ਜਿਸ ਖਿਡਾਰੀ ਨੂੰ ਧਾਵੀ ਠੱਲਣ ਦਾ ਕਿ ਢੁੱਡਾ ਲੈ ਲੈ ਪੈਂਦਾ ਲੋਕੋ ਬਾਜਾ ਮੱਲਣ ਦਾ ਚੱਲ ਵੀ ਨੌਜਵਾਨਾਂ ਉਧਰਲੇ ਬੰਨੇ ਇਕਬਾਲ ਲੋਹਾਮ ਆਪਣੀ ਟੀਮ ਨੂੰ ਲੈ ਪੁੱਜੇ ਹੈ ਆਪਾਂ ਉਸ ਵੀਰ ਦਾ ਧੰਨਵਾਦ ਕਰਦੇ ਹਾਂ ਬਹਿ ਜਾਓ ਮੇਰੀ ਬੇਨਤੀ ਕੀਪੇ ਭਲੂਰ ਪਿੰਡ ਵਾਲਿਆ ਬਸੰਤ ਥੱਲੇ ਬਹਿ ਵੀ ਤੋਦਾ ਸਿਆ ਨੌਜਵਾਨਾਂ ਅਰਸ਼ ਮੇਰੀ ਬੇਨਤੀ ਹੈ ਵੀਰ ਥੱਲੇ ਬਹਿ ਜਾਓ ਕਿਉਂਕਿ ਦੇਖਣ ਵਾਲੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਜਿਹੜੇ ਮਾਈਕ ਦੀ ਸੁੱਚ ਆਉਣਾ ਹੈ ਕਿਰਪਾ ਕਰਕੇ ਉਹ ਸੁੱਚ ਆ ਜਿਹੜੀ ਆਫ ਕਰ ਲਈ ਜਾਵੇ ਜਿਹੜੇ ਵੀਰ ਦਾ ਮਾਈਕ ਜਿਹੜਾ ਆਨ ਹੈ ਸ਼ਰਮਾ ਜੀ ਮਾਈਕ ਦੀ ਸੁੱਚ ਆਫ ਕਰ ਲਓ ਕਿਰਪਾ ਕਰਕੇ ਹੱਥ ਬਾਰ ਬੇਨਤੀ ਹੈ ਬਹਿ ਜਾਓ ਮੇਰੀ ਬੇਨਤੀ ਕਿਰਪਾ ਕਰਕੇ ਮੈਂ ਸਾਧੂ ਵਾਲੇ ਦੀ ਧਰਤੀ ਤੇ 2 ਤਰੀਕ ਨੂੰ ਗਿਆ ਤੇ ਪੰਜਾਬ ਦਾ ਪਹਿਲੇ ਨੰਬਰ ਦਾ ਟੂਰਨਾਮੈਂਟ ਕਰਵਾਇਆ ਸਾਧੂ ਵਾਲੀ ਧਰਤੀ ਤੇ ਸਾਡੇ ਵੀਰਾਂ ਨੇ ਕਿਉਂਕਿ ਗਰਾਊਂਡ ਦੇ ਏਡੇ ਤਕੜੇ ਜਿਹੜੇ ਡਿਸਪਲਿਨ ਮੈਂ ਕਦੇ ਜ਼ਿੰਦਗੀ 'ਚ ਨਹੀਂ ਦੇਖੇ ਪੂਰਾ ਪੰਜਾਬ ਬਾਲਿਆ ਕਬੱਡੀ ਦੇਖਦੇ ਹਾਂ ਕਬੱਡੀ ਬੋਲਦੇ ਹਾਂ ਪਰ ਪਹਿਲੇ ਨੰਬਰ ਦਾ ਟੂਰਨਾਮੈਂਟ ਕਰਵਾਇਆ ਤਾਂ ਸਾਧੂ ਵਾਲੇ ਪਿੰਡ ਨੂੰ ਮਾਣ ਮਿਲਿਆ ਗਰਮੀਆਂ ਦੇ ਸੀਜ਼ਨ ਦਾ ਜਿਹੜਾ ਦੂਜਾ ਟੂਰਨਾਮੈਂਟ ਹੋਇਆ ਦਰਸ਼ਕੀਰੋ ਏਡੇ ਤਕੜੇ ਡਿਸਪਲਿਨ ਏਡੇ ਤਕੜੇ ਨਿਯਮ ਮੈਂ ਜ਼ਿੰਦਗੀ 'ਚ ਕਿਸੇ ਕਬੱਡੀ ਕੱਪ ਦੇ ਕਿਸੇ ਟੂਰਨਾਮੈਂਟ ਦੇ ਨਹੀਂ ਦੇਖੇ ਇੱਥੇ ਵੀ ਨਿਯਮ ਬਹੁਤ ਤਕੜਾ ਹੈ ਪਰ ਖਿਡਾਰੀਆਂ ਵੱਲੋਂ ਥੋੜੀ ਪ੍ਰੋਬਲਮ ਆ ਰਹੀ ਹੈ ਲੈ ਵੀ ਤੋਂ ਦੱਸ ਰਿਹਾ ਤੁਹਾਡੇ ਵੱਲੋਂ ਹੈ ਇੱਕ ਕਮੇਟੀ ਵਾਲੀ